बठिंडा के एक शहरवासी ने प्रेस कॉन्फ्रेंस कर लगाए। एक आम आदमी पार्टी नेता ज एजेंसी संचालक ते गंभीर दोष कहा, नवी दी कीमत वसूल के बेची पुरानी गड्डी किते भी नहीं हो रही सुनवाई। उत्थे ही उक्त मामले नूं लैके जदों संबंधित एजेंसी संचालक नाल गल कीती गई तां उन्हां दा कहना सी कि उक्त मामला अदालत दे विच चल रहा है ते जो भी माणयोग अदालत दा हुक्म आवेगा उह उन्हां नूं मंजूर होवेगा। की है पूरा मामला, आओ तुहानू सुनवाने हां पीड़ित दी ही जुबानी। गड्डी खरीदी सीगी अमरजीत सिंह मैचे तो, क्योंकि बठिंडा का बहुत ही वड्डा व्यापारी ते पूरे पंजाब दा व्यापार मंडल दा उह प्रधान भी है ते समाज सेवी भी कौन लिया अपने आप, पर उन्होंने मेरे नाल बहुत वड्डी ठगी मारी। मैनूं एक गड्डी वेची जो कि उन्होंने आ गड्डी उन्होंने तो खरीदी सीगी ਕੰਪਲੀਟ ਕੀਤੀ ਪਰ ਪੁਲਿਸ ਨੇ ਵੀ ਕਹਿਤਾ ਵੀ ਉਹ ਬਹੁਤ ਵੱਡਾ ਪੈਸੇ ਵਾਲਾ ਬੰਦਾ ਤੇ ਅਸੀਂ ਇਸਦਾ ਕੁਛ ਨਹੀਂ ਕਰ ਸਕਦੇ ਵੀ ਨਾ ਇਹਦੇ ਪਰ ਠੱਗੀ ਜ਼ਰੂਰ ਤੇਰੇ ਨਾਲ ਹੋਈ ਹੈਗੀ। ਤੇ ਉਦੋਂ ਬਾਅਦ ਇਸਨੇ ਜਦੋਂ ਮੈਂ ਇਹਨਾਂ ਤੱਕ ਫੇਰ ਰੱਖਿਆ ਉਸ ਨਾਲ ਤਾਲਮੇਲ ਕਰ ਕੀਤਾ ਤਾਂ ਉਹਨਾਂ ਨੂੰ ਕਿਹਾ ਗਿਆ ਵੀ ਤੈਨੂੰ ਇੱਕ ਨਵੀਂ ਆਰਸੀ ਬਣਾ ਕੇ ਦੇ ਦਿੰਦੇ ਹਾਂ ਅਸੀਂ, ਕੋਈ ਸਾਡੇ ਕੋਲ ਬਹੁਤ ਇਸ ਤਰ੍ਹਾਂ ਦੇ ਵਿਅਕਤੀ ਆ ਕੋਈ ਜੁਗਾੜ 'ਚ ਤੈਨੂੰ ਆਰਸੀ ਬਣਾ ਦਾਂਗੇ, ਉਹ ਆਰਸੀ ਤੇਰੀ ਗੱਡੀ ਨੂੰ ਕੋਈ ਰੋਕੂਗਾ ਨਹੀਂ। ਪਰ ਮੈਂ ਉਸਨੂੰ ਗੈਰ ਕਾਨੂੰਨੀ ਕੰਮ ਸਮਝਦੇ ਹੋਏ ਉਸਨੂੰ ਜਵਾਬ ਦੇ ਦਿੱਤਾ। ਉਹਨਾਂ ਤੋਂ ਫਿਰ ਮੈਨੂੰ ਅਣਬੋਲੀ ਕੀਤੀ ਹੋਈ, ਉਸ ਲਈ ਮੈਂ ਆਈ ਜੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਹੋਈ ਹੈਗੀ। ਉਹ 28/12/2021 ਨੂੰ ਮੈਂ ਦਰਖਾਸਤ ਦਿੱਤੀ ਸੀ, ਡਿਪਟੀ ਸਾਹਿਬ ਨੇ ਇੱਕ ਵਾਰੀ ਮੈਨੂੰ ਬੁਲਾਇਆ ਸਿੰਗਲਾ ਸਾਹਿਬ ਨੇ, ਉਸ ਤੋਂ ਬਾਅਦ ਉਹਨਾਂ ਨੇ ਵੀ ਉਸ ਗੱਲ ਨੂੰ ਪਤਾ ਨਹੀਂ ਠੰਡੇ ਵਾਸਤੇ ਪਾਤਾ ਕਿਸ ਤਰ੍ਹਾਂ, ਇਸ ਕਰਕੇ ਮੈਨੂੰ ਮਨਜ਼ੂਰ ਨੂੰ ਪ੍ਰੈਸ ਕਾਨਫਰੰਸ ਇਹ ਲੰਬੇ ਸਮੇਂ ਬਾਅਦ ਅੱਜ ਕਿਉਂ ਪ੍ਰੈਸ ਕਾਨਫਰੰਸ ਕੀਤੀ? ਸਰ ਮੈਂ ਪਹਿਲਾਂ ਕਾਨੂੰਨ ਦੇ ਉਹਨਾਂ ਦੇ ਇਨਸਾਫ ਲਈ ਫਿਰ ਚਲਾ ਜਾਂਦਾ ਰਿਹਾ। ਹੁਣ ਵੀ ਮੈਂ ਜਦੋਂ ਦੇਖਿਆ ਕਿ ਆਈ ਜੀ ਸਾਹਿਬ ਕੋਲ ਵੀ ਮੈਨੂੰ ਕੰਪਲੇਂਟ ਕਰਨ ਦੇ ਬਾਅਦ ਕੋਈ ਇਨਸਾਫ ਨਹੀਂ ਮਿਲ ਰਿਹਾ ਤਾਂ ਮੈਨੂੰ ਮਜ਼ਬੂਰ ਲੈ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਵੱਡੇ ਅਫਸਰ ਤੱਕ ਪਹੁੰਚਾਉਣ ਲਈ ਪ੍ਰੈਸ ਕਾਨਫਰੰਸ ਕਰਨੀ ਪਈ, ਤੇ ਜੇ ਮੈਨੂੰ ਲੋੜ ਪਈ ਤਾਂ ਮਜ਼ਬੂਰ ਮੈਨੂੰ ਹਾਈ ਕੋਰਟ ਵੱਲ ਵੀ ਰੁਖ ਕਰਨਾ ਪਵੇਗਾ, ਕਿਉਂਕਿ ਇਹ ਬਿਲਕੁਲ ਸੱਚ ਹੈ ਕਿ ਇਸ ਬੰਦੇ ਅਮਰਜੀਤ ਮਹਿਤਾ ਵੱਲੋਂ ਇਹ ਬਹੁਤ ਜ਼ਿਆਦਾ ਠੱਗੀਆਂ ਮਾਰੀਆਂ ਗਈਆਂ। ਸਰ ਸਾਨੂੰ ਨਵੀਂ ਗੱਡੀ ਕਹਿ ਕੇ ਦਿੱਤੀ ਗਈ ਸੀ ਤੇ ਨਵੀਂ ਗੱਡੀ ਦਿੱਤੀ ਜਾਵੇ, ਬਸ ਇਹੀ ਹੈ। ਇਹ ਗੱਡੀ 420 ਕੀਤੀ ਹੈ ਸਾਡੇ ਨਾਲ ਤੇ ਇਹਦੇ ਉੱਪਰ ਪਰਚਾ ਦਰਜ ਹੋਇਆ ਚਾਹੀਦਾ ਜਿਹੜਾ ਫਰੋਡ ਕੀਤਾ। ਆਹ ਜਿਹੜੇ ਸੈਨ ਆ ਇਸ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਆਮ ਬੰਦੇ ਮੈਨੇਜਰ ਜਾਂ ਕਿਸੇ ਵੀ, ਇਸ ਖੁਦ ਅਮਰਜੀਤ ਮਹਿਤਾ ਜੀ ਨੇ ਮੈਨੂੰ ਜਾਣ ਬੁੱਝ ਕੇ ਇਹ ਸਾਰਾ ਸਾਈਨ ਕਰਕੇ ਤੇ ਗੱਡੀ ਵੇਚੀ ਹੈਗੀ। ਜਾਂ ਟ੍ਰੈਫਿਕ ਲੈਸ ਕਿਤੇ ਵੀ ਟੱਚ ਕਰਾਓ ਤੇ ਇਹ ਚੈਲੰਜ ਹੈ। ਇੱਕ ਅਮਰਜੀਤ ਮਹਿਤਾ ਜੀ ਨਾਲ ਗੱਲ ਹੋ ਰਹੀ ਹੈ ਸਰ? ਬਿਲਕੁਲ ਹੋ ਰਹੀ ਹੈ ਜੀ। ਸਰ ਇੱਕ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੋਈ ਬਿਕਰ ਸਿੰਘ ਜੀ ਨੇ ਜੀ, ਉਹਨਾਂ ਨੇ ਦੋਸ਼ ਲਾਇਆ ਵੀ ਕੋਈ ਤੁਸੀਂ ਗੱਡੀ ਸੇਲ ਕੀਤੀ ਹੋਣੀ ਇਹਨਾਂ ਨੂੰ। ਕੀ ਕਹਿੰਦੇ ਜੀ ਬਿਕਰ ਸਿੰਘ ਜੀ, ਕੀ ਦੋਸ਼ ਲਾਉਂਦੇ ਨੇ? ਇਹ ਦੋਸ਼ ਲਗਾ ਰਹੇ ਆ ਵੀ ਮੈਨੂੰ ਬਿਕੀ ਬਕਾਈ ਗੱਡੀ ਆਲਰੇਡੀ ਉਹ ਦੁਬਾਰਾ ਸੇਲ ਕੀਤੀ ਹੈ। ਇਹਨਾਂ ਦਾ ਜਿਹੜਾ ਮੈਟਰ ਹੈ ਨਾ ਬ੍ਰਦਰ, ਉਹ ਕੋਰਟ 'ਚ ਪੈਂਡਿੰਗ ਹੈ। ਅੱਛਾ, ਮਾਨਯੋਗ ਕੋਰਟ ਦਾ ਜੋ ਫੈਸਲਾ ਹੋਊਗਾ ਉਹ ਤੁਹਾਨੂੰ ਮਨਜ਼ੂਰ ਹੈ। ਓਕੇ, ਅਸੀਂ ਇਹਨਾਂ ਸਾਡਾ ਇਹਨਾਂ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਮੈਨੂੰ ਕਹਿ ਰਹੇ ਹੋ ਵੀ ਇਹ ਮੈਟਰ ਜਿਹੜਾ ਕੋਰਟ 'ਚ ਪੈਂਡਿੰਗ ਹੈ। ਓਕੇ, ਮਾਨਯੋਗ ਕੋਰਟ ਦਾ ਜੋ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੈ ਜੀ। ਠੀਕ ਹੈ ਜੀ, ਸਾਡਾ ਇਹਨਾਂ ਕੋਈ ਲੈਣਾ ਦੇਣਾ ਨਹੀਂ। ਠੀਕ ਹੈ, ਅਸੀਂ ਇਹਨੂੰ ਕੋਈ ਗੱਡੀ ਨਾ ਵੇਚੀ ਹੈ ਨਾ ਇਹਨਾਂ ਕੋਈ ਵਾਸਤਾ। ਓਕੇ ਠੀਕ ਹੈ, ਓਕੇ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ।